ਉੱਤੇ ਪਹੁੰਚ ਗਿਆ। ਇੱਕ ਤਾਂ ਲੈਣਾ ਸੀ ਅਬੂ ਜੀ ਹੋਰਾਂ ਵਾਸਤੇ ਮੋਬਾਈਲ, ਉਹਨਾਂ ਦਾ ਮੋਬਾਈਲ ਬਿਲਕੁਲ ਖਰਾਬ ਹੋ ਗਿਆ, ਅਤੇ ਮੇਨ ਸੀਗਾ ਮੇਰੇ ਮੋਬਾਈਲ ਦਾ ਮਸਲਾ, ਉਹ ਵੀ ਕਲੀਅਰ ਹੋ ਗਿਆ। ਕਲੀਅਰ ਤਾਂ ਖੈਰ ਇਹੀ ਹੋਇਆ ਕਿ ਬਾਦੂ 4 ਦਿਨ ਮਜ਼ੀਦ ਕੱਢੇਗਾ। ਬਿਸਮਿਲ੍ਲਾਹਿ ਰਹਿਮਾਨ ਰਹੀਮ, ਅਸਲਾਮੁ ਅਲੈਕੁਮ, ਕੀ ਹਾਲ ਚਾਲ ਨੇ ਤਮਾਮ ਭੈਣ ਭਾਈਆਂ ਦੇ? ਉਮੀਦ ਕਰਨਾ ਸਾਰੇ ਠੀਕ ਹੋਣਗੇ, ਜਿੱਥੇ ਵੀ ਉਹ ਖੁਸ਼ ਰਹੋ, ਆਬਾਦ ਰਹੋ, ਹਮੇਸ਼ਾ ਸਦੇ ਵਸਦੇ ਰਹੋ। ਅਲਹਮਦੁਲਿਲਾ, ਮੈਂ ਬਿਲਕੁਲ ਠੀਕ ਹਾਂ। ਵੈਲਕਮ ਜੀ, ਇੱਕ ਨਵਾਂ ਵਲੌਗ ਹੈ, ਤਮਾਮ ਭੈਣ ਭਾਈਆਂ ਨੂੰ ਖੁਸ਼ ਆਮਦੀਦ ਕਹਿੰਦੇ ਹਾਂ। ਹਾਂਜੀ, ਅਲਹਮਦੁਲਿਲਾ, ਨਮਾਜ਼ ਅਦਾ ਕਰਕੇ ਹੋ ਗਿਆ, ਮਤਲਬ ਕਿ ਕੰਮ ਸ਼ੰਮ 2-3 ਕੀਤੇ ਨੇ ਸੁਬਹ ਨਾ ਉੱਠ ਕੇ, ਹੁਣ ਮੈਂ ਫ੍ਰੀ। ਇਹ ਕਿ ਸਮਾਨ ਅਲਹਮਦੁਲਿਲਾ ਰਾਤ ਨੂੰ ਕੁੰਜਿਆ ਆ ਗਿਆ, ਕਿਉਂਕਿ ਰਾਤ ਨੂੰ ਬਾਰਿਸ਼ ਆਉਣੀ ਸ਼ੁਰੂ ਹੋ ਗਈ ਹੋਈ ਆ, ਕਿਉਂਕਿ ਨਾ ਡਰ ਸੀਗਾ ਕਿ ਬਾਰਿਸ਼ ਆਉਣੀ ਅੱਗੇ ਮਜ਼ੀਦ ਜ਼ਿਆਦਾ ਆਉਣੀ ਹੈ। ਜਿਸ ਵਜ੍ਹਾ ਤੋਂ ਮੇਰਾ ਮਕਸਦ ਆ ਗਿਆ ਕਿ ਮੈਂ ਛੱਤ ਆਪਣੀ ਕੰਪਲੀਟ ਕਰਾਂ, ਅਤੇ ਥੱਲਾ ਹੁਣ ਵੇਖੋ ਤੁਹਾਡੇ ਸਾਹਮਣੇ ਕਿ ਮੰਜੇ ਜੇ ਨੇ ਸਾਰੇ ਸਾਰੇ ਅੰਦਰ, ਮੋਟਰਸਾਈਕਲ ਅਤੇ ਸੀਮਿੰਟ ਵੀ ਅੰਦਰ ਆ ਗਿਆ ਸਾਰਾ। ਅੱਲਾਹ ਦਾ ਲੱਖ ਲੱਖ ਸ਼ੁਕਰ, ਰੱਬ ਦਾ ਜਿੰਨਾ ਸ਼ੁਕਰ ਅਦਾ ਕਰਾਂ ਉਨਾ ਥੋੜ੍ਹਾ ਹੈਗਾ। ਆਹਿਸਤਾ ਆਹਿਸਤਾ ਸਭ ਕਲੀਅਰ ਤਾਂ ਹੋ ਜਾਏਗਾ, ਲੇਕਿਨ ਇਹ ਹੈਗਾ ਕਿ ਅੱਲਾਹ ਦਾ ਸ਼ੁਕਰ ਹੈ, ਸ਼ੁਕਰ ਅਲਹਮਦੁਲਿਲਾ, ਰੱਬ ਦਾ ਜਿੰਨਾ ਸ਼ੁਕਰ ਅਦਾ ਕਰਾਂ ਉਨਾ ਥੋੜ੍ਹਾ ਹੈਗਾ। ਅਤੇ ਆ ਵੇਖੋ ਬਾਰਿਸ਼ ਰਾਤ ਨੂੰ ਕਾਫੀ ਆਈ, ਲੇਕਿਨ ਹੁਣ ਤਾਂ ਸੁੱਕੀ ਪਈ ਹੈਗੀ, ਅਜੇ ਵੀ ਇਹਦੇ ਵਿੱਚ ਹੈਗੀ। ਵੇਖੋ ਇਹ ਜਗ੍ਹਾ 'ਤੇ ਨਾ ਅਜੇ ਵੀ ਪਾਣੀ ਖੜ੍ਹਾ ਹੈਗਾ, ਲੇਕਿਨ ਸੁੱਕ ਗਿਆ, ਕਾਫੀ ਜ਼ਿਆਦਾ ਬਾਰਿਸ਼ ਆਈ ਹੈਗੀ, ਕਾਫੀ ਜ਼ਿਆਦਾ ਵੀ ਨਹੀਂ ਅਤੇ ਇੰਨੀ ਕੰਮ ਵੀ ਨਹੀਂ ਆਈ, ਲੇਕਿਨ ਅੱਛੀ ਖਾਸੀ ਆ ਗਈ ਹੈ। ਲੇਕਿਨ ਇਹ ਹੈਗਾ ਕਿ ਹੁਣ ਥੋੜ੍ਹੀ ਜਿਹੀ ਆਈ ਹੈ, ਚੜ੍ਹਦਾ ਕੋਈ ਪਤਾ ਨਹੀਂ ਕਿੰਨੀ ਆਵੇ, ਕਿਉਂਕਿ ਨਾ ਹੁਣ ਤੱਕ ਆਉਂਦੀ ਰਹੀ ਹੈਗੀ ਥੋੜ੍ਹੀ 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 ਥੋੜ੍ਹੀ, ਲੇਕਿਨ ਇਹ ਹੈਗਾ ਕੰਮ ਮੇਰਾ ਸਿਕਿਓਰ ਹੋ ਗਿਆ। ਉਹਨੇ ਅਗਰ ਅੱਜ ਧੁੱਪ ਨਿਕਲੀ ਤਾਂ ਇਨਸ਼ਾਅੱਲਾ ਜਿਹੜੀਆਂ ਆ ਗਈ ਸੀਮੈਂਟ ਪਿਆ ਆਲਰੇਡੀ, ਤੁਹਾਨੂੰ ਪਤਾ ਗਿਆ ਛੱਤ 'ਤੇ ਲਗਾ ਦੇਣਾ, ਕਿਉਂਕਿ ਟਾਈਲਾਂ ਜੋੜ ਦਿੱਤੀਆਂ ਨੇਗੀਆਂ, ਹੁਣ ਫਕਤ ਉਹਦੇ ਉੱਤੇ ਸੀਮੈਂਟ ਵਗੈਰਾ ਲੱਗਣਾ ਹੈਗਾ, ਇਹ ਮੇਰੇ ਖਿਆਲ 'ਚ ਸਾਰਾ ਲੱਗ ਜਾਣਾ ਗਾ। ਫਿਰ ਇਨਸ਼ਾਅੱਲਾ ਆਹਿਸਤਾ ਆਹਿਸਤਾ, ਕਿਉਂਕਿ ਨਾ ਅੱਲਾ ਨੇ ਚਾਹਿਆ ਤਾਂ ਸਭ ਕੁਛ ਹੋ ਜਾਏਗਾ ਇਨਸ਼ਾਅੱਲਾ ਇਨਸ਼ਾਅੱਲਾ, ਕਿਉਂਕਿ ਜਿੰਨਾ ਕੁ ਜ਼ਿਹਨ ਰੱਖਿਆ ਨਾ ਕਿੰਨਾ ਕਰਕੇ ਤਾਂ ਫਿਨਿਸ਼ ਕਰ ਦੇਣੇ ਇਨਸ਼ਾਅੱਲਾ, ਉਨਾ ਕੰਮ ਕਰਾ ਲਾਂਗੇ। ਬਾਕੀ ਕਾਫੀ ਕਮੈਂਟਸ ਵਗੈਰਾ ਵੀ ਆ ਰਹੇ ਹਨ ਜੀ, ਮੈਂ ਕੀ ਕਹਾਂ, ਲੇਕਿਨ ਹੈਗਾ ਇਹਦਾ ਮੈਂ ਵਲੌਗ ਦੇ ਅੱਧੀ ਇੰਨਾ ਤੁਹਾਨੂੰ ਦੱਸਾਂਗਾ ਅਤੇ ਵਿਖਾਵਾਂਗਾ ਵੀ ਪਰੂਫ ਇਨਸ਼ਾਅੱਲਾ। ਜਿਹੜੀਆਂ ਉੱਤੇ ਲੱਕੜਾਂ ਸਾਰੀਆਂ ਜਿਹੜੀਆਂ ਨਾ ਥੱਲੇ ਲਾਈਆਂ ਹਨ ਰਾਤੋ ਰਾਤ ਛੇਤੀ ਨਾਲ, ਤਾਂ ਕਿ ਬਾਲਾਂ ਨੂੰ ਬਣੇ, ਉਹ ਰੱਖ ਦਿੱਤੀ ਨੇ ਛਾਪਰ ਵਗੈਰਾ ਪਾ ਕੇ, ਬਚਤ ਰਹੇ। ਹੁਣ ਜੀ ਨਾ ਕਰ ਦਿੰਦੇ ਹਾਂ ਇੱਕ ਲਾਈਟ ਬੰਦ ਕਿਚਨ ਵਾਲੀ, ਹੈਗੀ ਇਹ ਵੀ ਸਾਰੇ ਗਿੱਲੇ ਹੋਏ ਪਏ, ਦੇਖੋ ਪਾਣੀ ਪਾ। ਬਾਰਿਸ਼ ਜਿਹੜੀ ਨਾ ਫਿਰ ਤੋਂ ਹੋਣੀ ਸ਼ੁਰੂ ਹੋ ਗਈ ਹੈ, ਸ਼ਾਇਦ ਤੁਹਾਨੂੰ ਸਾਊਂਡ ਆ ਰਿਹਾ, ਕਿਉਂਕਿ ਉਂਝ ਤਾਂ ਇੰਨੀ ਨਜ਼ਰ ਨਹੀਂ ਆ ਰਹੀ, ਕਾਫੀ ਦੇਰ ਦੀ ਸਲੋ ਸਲੋ ਲੱਗੀ ਹੋਈ ਬਾਰਿਸ਼ ਹੁੰਦੀ ਹੈ, ਬੰਦ ਹੋ ਜਾਂਦੀ ਹੁੰਦੀ ਬੰਦ ਹੋ ਜਾਂਦੀ, ਸ਼ਾਇਦ ਇਹ ਨਜ਼ਰ ਆਏ, ਦੇਖੋ ਕਿੰਨੀ ਕਾਫੀ ਆ ਰਹੀ ਹੈ। ਅੱਲਾਹ ਪਾਕ ਖੈਰ ਕਰੇਗਾ ਇਨਸ਼ਾਅੱਲਾ। ਮੈਂ ਨਾ 2 ਮਿੰਟਾਂ 'ਚ ਅਲੱਗ ਸਲੋ ਸਲੋ ਬਾਰਿਸ਼ ਹੋ ਰਹੀ, ਕਿੰਨੀ ਵੱਧ ਗਈ ਹੈਗੀ, ਭਾਈ ਆਸਫਰੀ ਵੀ ਉੱਠ ਗਿਆ ਹੈਗਾ। ਬਾਰਿਸ਼ ਜਿਹੜੀ ਰਾਤ ਨੂੰ ਵੀ ਹੋਈ ਹੈ, ਥੋੜ੍ਹੀ ਦੇਰ ਪਹਿਲੇ ਹੋਈ, ਸਲੋ ਹੋਈ, ਫਿਰ ਬੰਦ ਹੋ ਗਈ, ਔਰ ਫਿਰ ਤੇਜ਼ ਹੋਣੀ ਸ਼ੁਰੂ ਹੋ ਗਈ। ਬਾਰਿਸ਼ ਜਿਹੜੀ ਨਾ ਕਾਫੀ ਜ਼ਿਆਦਾ ਆ ਰਹੀ ਆ, ਅੱਬੂ ਜੀ ਹੋਰੀ ਹੁਣ ਆਇਆ ਹੈਗਾ, ਇਹ ਵੇਖੋ ਆ ਜਾ, ਹੁਣ ਕੀ ਸੋਚਦੇ ਪਿਓ, ਸਾਰੇ ਬਾਰਿਸ਼ ਨੇ ਵੇਖ ਕੇ ਆ ਗਿਆ। ਦੁਕਾਨ ਤਾਂ ਚੱਲੇ ਨੇ, ਦੁੱਧ ਵਗੈਰਾ ਲੈ ਕੇ ਆਉਂਦੇ ਆ ਨਾ ਸੁਬਹ ਟਾਈਮ, ਬਾਈ ਅਸ ਫਿਰ ਉਹ ਬੈਠੇ ਗਿਆ, ਮੂੰਹ ਹੱਥ ਧੋਣ ਲੱਗੇ। ਹਾਂਜੀ, ਅਤੇ ਵੇਖ ਚਾਏ ਬਣਾਉਣ ਜਾ ਰਹੀ ਹੈਗੀ, ਆਹ ਬਾਰਿਸ਼ ਇਹ ਹੈਗੀ, ਕਿਉਂਕਿ ਬੱਚਿਆਂ ਨੇ ਸਕੂਲ ਜਾਣਾ, ਸਿਸਟਰਾਂ ਨੇ, ਛੋਟੇ ਭਾਈ ਦੇ ਫਿਰ ਪ੍ਰਾਈਵੇਟ, ਅੱਗੇ ਜਾ ਕਰੇ ਅੱਗੇ ਖਰਾਬ ਹੋਣੇ, ਉਹ ਉੱਥੇ ਸਾਫ਼ ਕਰੀ। ਹਾਂ ਚੱਲ ਚੱਲ, ਟੋਲ ਟੋਲ ਦੁੱਧ ਉੱਤੇ ਰੱਖਿਆ ਹੈਗਾ, ਚਾਏ ਬਣਾਓ ਚਾਏ, ਕਿਉਂਕਿ ਅੱਜ ਬਾਰਿਸ਼ ਆ ਰਹੀ ਆ, ਚਾਏ ਬਣਦੀ ਮੇਰੀ ਵੀ, ਇਹ ਪੁੰਚ ਦੀ ਗੱਲ ਬਣੀ, ਇਹ ਵੀ ਖਰਾਬ ਹੋਇਆ ਪਿਆ ਹੈਗਾ। ਹਾਂਜੀ, ਅਤੇ ਮੁਹੰਮਦ ਈਸਾ ਵੀ ਉੱਠ ਪਿਆ ਹੈਗਾ, ਹਾਂ ਇਹਦਾ ਵੇਖ ਕਿਉਂ
ਜੀ ਪੁੱਤਰ ਹੀਰਾ ਜੀ ਨਾ ਭਾਈ ਨੂੰ ਕਹਿੰਦੇ ਕੇਕ ਖਾ ਲਾ ਕੀ ਖਾ ਲੈ ਭੁੱਲੇ ਕੇਕ ਖਾ ਲਾ ਮਾਸ਼ਾਅੱਲਾ ਆਕੇ ਲੱਗ ਜਾਏ ਤਾਤਾ ਨੀ ਬਾਈ ਕੀ ਬਾਈ ਵੇਖਦਾ ਪਿਆ ਕਿ ਕੀ ਕਰਦੀ ਪੀ ਪੈਣਾ ਮੇਰੀ ਹਾਂ ਉੱਤੇ ਬਹੁ ਨਾ ਬਾਈ ਉੱਤੇ ਨਾ ਬੈ ਨਹੀਂ ਬੈਠ ਯਾਰ ਕਰਦੀ ਜੀ ਨਾ ਭਾਈ ਭਾਈ ਮਾਰਨਾ ਜੀ ਮੰਮੀ ਲਊਗੀ ਉੱਤੇ ਪੈਰ ਨਹੀਂ ਹੱਥ ਨਹੀਂ ਰੱਖਦੇ ਉਹਨੂੰ ਪਤਾ ਕਿ ਬਾਈ ਏ ਬਾਈ ਇਹ ਲੈ ਟੱਲੇ ਵੇਖਦਾ ਪਿਆ ਇਹ ਚਾਹ ਕੇ ਨਹੀਂ ਕਰਨਾ ਹੀਰਾ ਵੀ ਸਕੂਨ ਨਾਲ ਬਹਿ ਜਾ ਹਾਂ ਬਾਏ 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 ਦੇਖਦਾ ਪਿਆ ਹੂੰ ਲਾਈਟ ਬਲਦੀ ਨਾ ਖਮੋਸ਼ ਹੋ ਜਾਂਦਾ ਤਾਤਾ ਤਾਤਾ ਬਾਏ ਬਾਏ ਮੰਮਾ ਦੀਸਾ ਮੁਹੰਮਦ ਈਸਾ ਭੁੱਲੇ ਹੋਏ ਨੇ ਲੱਗੇ ਹਾਂਜੀ ਬੇਗਮ ਬਣਾ ਰਹੀ ਹੈ ਜੀ ਇੱਧਰ ਚਾਹ ਅੱਗ ਬਲੀ ਕੋਈ ਨਾ ਅੱਛਾ ਅੱਗ ਜਿਹੜੀ ਨਾ ਬੇਗਮ ਨੇ ਫਾਈਨਲੀ ਬਾਹਰ ਲਈ ਕਿਉਂਕਿ ਨਾ ਨਵੀਂ ਹੋਈ ਪਈ ਹੈ ਅਤੇ ਰਾਤ ਨੂੰ ਜੇ ਨਾ ਤਕਰੀਬਨ ਆ 2 ਵਜੇ ਜੇ ਨਾ ਲੱਕੜਾਂ ਚਾਹ ਕੇ ਇੱਧਰ ਰੱਖ ਲੈਣੇ ਤਾਂ ਅੱਗ ਵਾਲਾ ਤਾਂ ਗੱਲ ਹੀ ਕੋਈ ਬਣਨੀ ਹੈ ਦੇਖੋ ਬਾਕੀ ਪੌਦੇ ਜ਼ਬਰਦਸਤ ਹੋ ਰਹੇ ਨੇ ਬਾਰਿਸ਼ ਨਾਲ ਲੇਕਿਨ ਨਾ ਅਜੇ ਸਾਡੇ ਇਲਾਕੇ ਸਮਝੋ ਕਿ ਅੱਧੀਆਂ ਕਣਕਾਂ ਗਈਆਂ ਅਤੇ ਅੱਧੀਆਂ ਨਹੀਂ ਜਿਨ੍ਹਾਂ ਦੀਆਂ ਪਈਆਂ ਨੇਗੀਆਂ ਉਹਨਾਂ ਦੇ ਤਾਂ ਅੱਲਾ ਵਾਰਿਸ ਹੈ ਅੱਲਾ ਪਾਕ ਸਾਹਿਬ ਦੇ ਕਰਮ ਫਰਮਾਏ ਜੀ ਅੱਬੂ ਜੀ ਹੋਰਾਂ ਨੂੰ ਠੰਡ ਵਾਵੀ ਲੱਗ ਰਹੀ ਬੀਜੀ ਹੋਈ ਮੈਂ ਕੱਪੜੇ ਛੱਪੜੇ ਬਦਲ ਲਓ ਇੱਧਰ ਜੀ ਮੁਹੰਮਦ ਈਸਾਈ ਅੱਬੂ ਜੀ ਹੋਰਾਂ ਕੋਲ ਬੈਠਾ ਹੈਗਾ ਗੱਲਾਂ ਕਰ ਰਹੇ ਹਾਂਜੀ ਦਾਦੇ ਪੋਤੇ ਦੇ ਪਿਆਰ ਵੇਖੋ ਇਹ ਦੁਕਾਨ ਵੀ ਨਾਲ ਦੇ ਨਾਲ ਚੱਲ ਰਹੀ ਹੈਗੀ ਇੱਧਰ ਜੀ ਬਣਾਈ ਜਾ ਰਹੀ ਹੈ ਜੀ ਲੱਸੀ ਅਤੇ ਚਾਹ ਵੀ ਬਣੀ ਅਤੇ ਨਾਲ ਲੱਸੀ ਵੀ ਹੈ ਠੰਡ ਵਾਵਾ ਹੀ ਹੈ ਹਾਂ ਮੌਸਮ ਬੜੀ ਹਾਂ ਬਾਰਿਸ਼ ਹੋ ਨਾ ਲੈ ਹਵਾ ਚੱਲੀ ਖਲੋਤੀ ਚਾਹ ਜੇ ਅਚਾਨਕ ਕੇ ਪਾਰ ਰਹਿ ਗਿਆ ਜਾਂ ਬਿਲਕੁਲ ਥੋੜ੍ਹੀ ਹੋ ਗਈ ਜੀ ਇੱਥੇ ਪਹੁੰਚ ਗਿਆ ਇੱਕ ਤਾਂ ਲੈਣਾ ਸੀ ਅੱਬੂ ਜੀ ਹੋਰਾਂ ਵਾਸਤੇ ਮੋਬਾਈਲ ਉਹਨਾਂ ਦਾ ਮੋਬਾਈਲ ਬਿਲਕੁਲ ਖਰਾਬ ਹੋ ਗਿਆ ਅਤੇ ਮੇਨ ਸੀਗਾ ਮੇਰੇ ਮੋਬਾਈਲ ਦਾ ਮਸਲਾ ਉਹ ਵੀ ਕਲੀਅਰ ਹੋ ਗਿਆ ਕਲੀਅਰ ਤਾਂ ਖੈਰ ਇਹੀ ਹੋਇਆ ਕਿ ਬਸ 2-4 ਦਿਨ ਮਜ਼ੀਦ ਕੱਢੇਗਾ ਇਹ ਜੀ ਅੱਬੂ ਜੀ ਹੋਰਾਂ ਵਾਸਤੇ ਮੋਬਾਈਲ ਲਿਆਏਗਾ ਚੈੱਕ ਵਗੈਰਾ ਕਰ ਲੈਂਦੇ ਹਾਂ ਫਿਰ ਲੈ ਕੇ ਇਨਸ਼ਾਅੱਲਾ ਚੱਲਦੇ ਹਾਂ ਵੀਰੇ ਬਿੱਲ ਵਗੈਰਾ ਬਣਾ ਰਹੇ ਐਡੇ ਵੱਡੇ ਡੱਬੇ ਵਿੱਚੋਂ ਇੰਨਾ ਛੋਟਾ ਜਿਹਾ ਸਿਰਫ ਮੋਬਾਈਲ ਨਿਕਲਿਆ ਹੈਗਾ ਹੁਣ ਬੋਰ ਕਹਿ ਰਹੇ ਕਾਨੀ ਸਰ ਫਿਟੇ ਵਿੱਚ ਚਾਰਜਰ ਹੀ ਹੈਗਾ ਨਿਕਲਿਆ ਹੈਗਾ ਅਤੇ ਹੁਣ ਬੋਰ ਆਪਣਾ 4 ਦਿਨ ਅੱਛਾ ਚੱਲੇਗਾ ਹਾਂਜੀ ਹੁਣ ਚੱਲੇ ਹਾਂ ਵਾਪਸ ਘਰ ਨੂੰ ਅਤੇ ਅਲਹਮਦੁਲਿਲਾ ਪਹਿਲੇ ਨਾਲ ਜਿਹੜਾ ਮੋਬਾਈਲ ਦੇ ਵਿੱਚ ਥੋੜ੍ਹੀ ਬਹੁਤ ਇੰਪਰੂਵਮੈਂਟ ਹੈਗੀ ਮਤਲਬ ਇਹ ਹੈਗਾ ਕਿ ਉਹਨਾਂ ਨੇ ਕਿਹਾ ਕਿ ਵਾਰ ਵਾਰ ਸੋਫਟਵੇਅਰ ਨਾ ਕਰਵਾ ਕਿਉਂਕਿ ਨਾ ਮੋਬਾਈਲ ਦਾ ਅੱਜ ਫਿਰ ਮੈਂ ਸੋਫਟਵੇਅਰ ਕਰਵਾਇਆ ਗਿਆ ਕਿਉਂਕਿ ਨਾ ਹਾਰਡਵੇਅਰ ਤਾਂ ਇਹਦਾ ਬਿਲਕੁਲ ਓਕੇ ਹੈਗਾ ਅਤੇ ਮੋਬਾਈਲ ਸ਼ਾਰਟ ਹੈਗਾ ਵਾਰ ਵਾਰ ਲੇਕਿਨ ਮੈਂ ਕਹਿੰਦਾ ਕਿ 2-4 ਦਿਨ ਚੱਲ ਹੀ ਜਾਵੇ ਹੁਣ ਜੇ ਫਿਰ ਠੀਕ ਕਰਵਾ ਕੇ ਤਾਂ ਜਾ ਰਿਹਾ ਗਿਆ ਬਲਾਗ ਵਗੈਰਾ ਫਿਰ ਆਉਣ ਦਾ ਕੋਈ ਬਣਿਆ ਰਸਤੇ ਦਾ ਕੋਈ ਬਣਿਆ ਲੇਕਿਨ ਹੁਣ ਮੋਬਾਈਲ ਚੱਲਦਾ ਪਿਆ ਹੈਗਾ ਇਹ ਹੈਗਾ ਕਿ ਇਨਸ਼ਾਅੱਲਾ ਰਸਤੇ 'ਚ ਫਿਰ ਮੁਲਾਕਾਤ ਹੁੰਦੀ ਜਾਏਗੀ ਮੁਖਤਲਿਫ ਮੁਕਾਮਾਤ 'ਤੇ ਇਨਸ਼ਾਅੱਲਾ ਹਾਂਜੀ ਇੱਥੇ ਦਰਿਆ ਰਾਵੀ ਤੱਕ ਪਹੁੰਚਿਆ ਹੈਗਾ ਚੰਗੇ ਚੰਗੇ ਲੇਕਿਨ ਮੋਬਾਇਲ ਹਾਂਜੀ ਘਰੇ ਆ ਗਿਆ ਵਾਪਸ ਇਹ ਜੀ ਅੱਬੂ ਜੀ ਹੋਰਾਂ ਦਾ ਮੋਬਾਈਲ ਹਾਂਜੀ ਅਤੇ ਬਾਕੀ ਮੇਰੇ ਵੱਲ ਮੋਬਾਈਲ ਦੇ ਹੈਗਾ ਕਿ ਉਹਨਾਂ ਨੇ ਕਿਹਾ ਕਿ ਫਸਟ ਐਂਡ ਲਾਸਟ ਹੈਗਾ ਅਗਰ ਦੁਬਾਰਾ ਤੁਸੀਂ ਇਹਨੂੰ ਮਤਲਬ ਕਿ ਖੁਲਵਾਇਆ ਅਤੇ ਨਾਲ ਦੇ ਨਾਲ ਮਤਲਬ ਚੈੱਕ ਵਗੈਰਾ ਹੁਣ ਇਹਨੂੰ ਨਹੀਂ ਕਰਾਉਣਾ ਅਗਰ ਚੱਲਦਾ ਰਹੇ ਠੀਕ ਹੈ ਜਾਂ ਬੰਦ ਹੋਵੇ ਅਤੇ ਇਹਨੂੰ ਸੇਲ ਕਰ ਦੇ ਇਸ ਤੋਂ ਅੱਗੇ ਇਹ ਨਾ ਹੋਵੇ ਕਿ ਤੈਨੂੰ ਬੇਕਾਰ ਹੋ ਜਾਵੇ ਡੈੱਡ ਹੋਵਣ ਦਾ ਖਤਰਾ ਹੈਗਾ
इस करके। लेकिन हैगा कि अलहमदुलिल्लाह चल गया है, वो कहता है कि बार बार जैसे शार्ट है जिस वजह तू इंज करता है, साडा कोई गुनाह नहीं है। तो मैं भी 1500 का समझो कि तेल साड़ी खड़ोता है कि 1000 का 3-4 चक्कर लाई खड़ोता है एक हफ्ते के बीच सिर्फ ये वजह तो। लेकिन गया से गया मेन ये आ गया, बुजी का मोबाइल भी लैना आ गया, क्योंकि ना जो दूसरा मोबाइल है जो किसी को मांग के तो चलाया हुआ आ गया 4 दिन लिए। लेकिन हम अबू हर कह गया कि मेरे को ना गुजारा नहीं होता, उन्होंने वापस देना है तो मोबाइल लै लीए। मोबाइल तो सही वेख्या गया कि डब्बा जेना वेखो हम डब्बे तो उन्होंने लगता पे बड़ा हैवी मोबाइल है, बिचू तुम वेख्या आ गया कि मोबाइल निकलिया गया बटना वाला तो बिल्कुल छोटा जहा डब्बे दिशा में खाली पैकिंग ही है चाइना का मोबाइल है जी। तो अबू जी और जेना मोबाइल अपना लैके तो खुश हो PTA प्रूफ तो उन्हें लिखे हुआ गया हूँ जी इन्हें ऐल मोबाइल जी का वापस कर दिया जी ऐल मोबाइल जी ए निकलिया वेखो वेख तो बड़ा ब्रांड लग रहा है इधर इन्ना एक लिखो 4000 mAh बाडी वेखो बॉक्स वेखो तो बिचू निकलिया की है। लेकिन है असं लैने की पैड ही आ गया क्योंकि अबू और दूसरा मोबाइल को नहीं यूज़ करते, सिर्फ ये है कि अच्छे खासे होंगे उम्मीद है कर जोगे खुश हैप्पी बेहतरीन। हाँ जी घरे आ गया वापस तो भाईजान और जेने लगे हुए तकरीबन इन्ना सारा हिस्सा जी ने प्लस्तर भी कर लिया गया अलहमदुल्ला शुक्र अलहमदुल्ला अल्लाह का लख लख शुक्र है एक मेरा दिल है कि चेती नाल जेना कंप्लीट हो गए तो रही है। लेकिन हालांकि अलहमदुल्ला हम परेशानी कोई नहीं, सिर्फ ये है कि छत जेना उतो सीमेंट लाना है लेकिन वो हजे नहीं लग सकता इस वजह तो क्योंकि मौसम जेना खराब है बारा शानी इतने हो जाना कि सिस्टम बोलना। लेकिन यह है कि यह उम्मीद है इंशाल्लाह जेड़ा सीमेंट है क्योंकि ने जाया हो जाना गया मैं कि ये जो निकलता है ए पासा तो जो जिन्ना कंप्लीट होंगे मैं कम अज कम ये तो करिए भी इधर ही मसाला बनया पे नहीं बनया वो मसाला बनया पेगा तो 3 बोरियां पे उम्मीद है इन इंशाल्लाह कंप्लीट हो जाएगा इंशाल्लाह। हाँ जी हूँ घरे आया तो हीरा भी जेना रो रही है बाकी ब्लॉग जेना वो जल्दी अपलोड कर देना लेकिन तुम्हें ऑलरेडी बार बार कहना ठीक नहीं लगता। लेकिन है कि काफ़ी सारे भैन भाई जो गल कर रहे हैं कि ये वो भाई अस पुरन बारे लेकिन है कि उन्होंने तबीयत जेना मैं थोड़ा बहुत जेना गल कर रहे हैं लेकिन ना थोड़ी बहुत जेना स्लिप जे नॉर्मल कंडीशन आला जो है थोड़े नाल शेयर करना आ गया ये देखो तो फिर दसिया जाए क्योंकि ना इन्हों की तबीयत इस तू ही ज़्यादा खराब हो जाती है जिस वजह तो कोई इन्होंने काम तो नहीं रखता क्योंकि ना उधर किराए का है घर इन्हों का फिर उत्थे भी रहना मुनासिब नहीं है मुनासिब तो मुराद ये है कि सारा दिन उत्थे रहन गए तो है कारोबार तो है कारोबार इन्होंने ये आता है एक मोबाइलों के काम कर सकते हैं लेकिन उस लिए दुकान होनी चाहिए है कि इनवैसटिंग होनी चाहिए है तो क्या मिस्त्रियों ला ही के दर्जी दर्जी लिए भी इन्ना को मशीन होनी चाहिए अगे तो मतलब ईदा सीजन जो ना लगाया इन्हें किसी जिमें दुकाना तो लगवाते आगे कारीगर रख के इस तरह। लेकिन है कि तुम वेख लो सिचुएशन भाई और बाकी अल्लाह पा के इन्होंने सेहत तंदुरुस्ती दे डॉक्टर तो मैं तुम पता है कि किन्ने किन्ने महंगे इलाज करते हैं
ਕਰਦਾ ਹੈ।